ਐਸਐਸਪੀ ਮਰੇਕੋਲਾ ਖੁਦ ਆਪ ਜਿਹੜਾ ਕਿ ਧੰਨਗਰ ਰੋਕਣ ਦੀ ਕੋਸ਼ਿਸ਼ ਕਰ ਰਹੇ ਨੇ ਐਸਐਸਪੀ ਮਰੇਕੋਲਾ ਜਗਨਦੀਪ ਸਿੰਘ ਖੁਦ ਆਪ ਜਿਹੜਾ ਕਿ ਕਿਸਾਨਾਂ ਨੂੰ ਰੋਕਣ ਦੀ ਕੋਸ਼ਿਸ਼ ਕਰ ਰਹੇ ਨੇ ਐਸਐਸਪੀ ਗਗਨਦੀਪ ਸਿੰਘ ਮਰੇਕੋਲਾ ਖੁਦ ਆਪ ਜਿਹੜਾ ਕਿ ਰੋਕਣ ਦੀ ਕੋਸ਼ਿਸ਼ ਕਰ ਰਹੇ ਨੇ ਐਸਐਸਪੀ ਗਗਨਦੀਪ ਸਿੰਘ ਜੀ ਖੁਦ ਆਪ ਰੋਕਣ ਦੀ ਕੋਸ਼ਿਸ਼ ਕਰ ਰਹੇ ਨੇ ਪਰ ਅਸਫਲ ਨਜ਼ਰ ਆ ਰਹੇ ਨੇ ਐਸਐਸਪੀ ਗਗਨਦੀਪ ਸਿੰਘ ਦੀ ਰੋਕਣ ਵਿੱਚ ਅਸਫਲ ਨਜ਼ਰ ਆ ਰਹੇ ਨੇ ਕਿਸਾਨ ਲਗਾਤਾਰ ਅੱਗੇ ਵਧੇ ਜਾ ਰਹੇ ਨੇ ਮੀਟਿੰਗ ਤੋਂ ਬਾਅਦ ਪਤਾ ਨਹੀਂ ਤੁਰੰਤ ਕੀ ਫੈਸਲਾ ਆਇਆ ਜਿਹੜਾ ਕਿ ਕਿਸਾਨ ਆਗੂ ਇੱਕਦਮ ਅੱਗੇ ਵਧਣ ਨੂੰ ਤਿਆਰ ਹੋ ਗਏ ਕਿਸਾਨ ਇੱਕ ਵੀ ਗੱਲ ਨਹੀਂ ਮੰਨਣ ਨੂੰ ਤਿਆਰ ਐਸਐਸਪੀ ਮਲੇਰਕੋਟਲਾ ਗਗਨਦੀਪ ਸਿੰਘ ਦੇ ਖਿਲਾਫ ਜਿਹੜਾ ਕਿ ਕਿਸਾਨ ਰੋਕਣ ਦੀ ਕੋਸ਼ਿਸ਼ ਕਰ ਰਹੇ ਨੇ ਪਰ ਜਿਹੜੇ ਕਿਸਾਨ ਨੇ ਉਹ ਕਿਸੇ ਪ੍ਰਕਾਰ ਦੀ ਗੱਲ ਨਹੀਂ ਮੰਨ ਰਹੇ ਸੋ ਵੀ ਨੱਕ ਤੋੜ ਦਿੱਤਾ ਕਮਾਂਡਰ ਫੋਰਸ ਦੇ ਜਵਾਨ ਲਗਾਤਾਰ ਰੋਕ ਰਹੇ ਸੀ ਉਹ ਵੀ ਨੱਕ ਤੋੜ ਦਿੱਤਾ ਉਹ ਵੀ ਨੱਕ ਤੋੜ ਦਿੱਤਾ ਡੀਐਸਪੀ ਸਾਹਿਬ ਐਸਐਸਪੀ ਸਾਹਿਬ ਖੁਦਾ ਜਿਹੜਾ ਕਿ ਰੋਕ ਰਹੇ ਨੇ ਡੀਐਸਪੀ ਸਾਹਿਬ ਅਤੇ ਐਸਐਸਪੀ ਸਾਹਿਬ ਖੁਦਾ ਜਿਹੜੇ ਕਿਸਾਨਾਂ ਨੂੰ ਰੋਕਦੇ ਨਜ਼ਰ ਆ ਰਹੇ ਨੇ ਪਰ ਕਿਸਾਨ ਬੰਦਨ ਨਹੀਂ ਤਿਆਰ ਐਸਐਸਪੀ ਮਰੇਕੋਲਾ ਤੁਸੀਂ ਦੇਖ ਰਹੇ ਹੋ ਤਸਵੀਰਾਂ ਵਿੱਚ ਬਾਰ ਬਾਰ ਰੋਕਣ ਦੀ ਕੋਸ਼ਿਸ਼ ਕਰ ਰਹੇ ਪਰ ਕਿਸਾਨ ਰੋਕਣ ਦਾ ਨਹੀਂ ਲਾ ਨਾ ਲੈ ਰਹੇ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ।
ਲਵੇ। ਸਰਕਾਰ ਆ ਜਿਹੜੀ ਜਾਵਰ ਤੇ ਉੱਤਰ ਆਈ ਆ, ਪਹਿਲਾਂ ਇਹਨਾਂ ਨੇ ਭਰੋਸੇ ਦੇ ਵਿੱਚ ਲਿਆ, ਪਰਸੋਂ ਜਿਹੜਾ ਟੀਮ ਨਾਲ ਮੀਟਿੰਗ ਕਰਕੇ ਉਦੋਂ ਬਾਅਦ ਚਾਰ ਘੰਟਿਆਂ ਬਾਅਦ ਭਰੋਸਾ ਤੋੜਿਆ ਆ। ਹੁਣ ਇਹ ਧੱਕੇ ਸਾਹੀ ਨਾਲ ਆਪਦੀ ਕਣਗੀ ਉੱਚੀ ਕਰਨ ਦੇ ਲਈ ਜੋ ਅੱਜ ਭਗਵੰਤ ਮਾਨ ਦੀ ਮੀਟਿੰਗ ਆ ਗਈ ਦਿੱਲੀ ਦੇ ਵਿੱਚ, ਉਹਨੂੰ ਦਿਖਾਉਣ ਦੇ ਲਈ ਬਈ ਅਸੀਂ ਲੋਕਾਂ ਨੂੰ ਕੁੱਟ ਕੇ ਜ਼ਮੀਨਾਂ ਦੇ ਕਬਜ਼ਾ ਕੰਪਲੀਟ ਕਰ ਲਿਆ ਗਾ। ਇਸ ਵਜ੍ਹਾ ਦੇ ਨਾਲ ਇੱਥੋਂ ਦਾ ਪੁਲਿਸ ਪ੍ਰਸ਼ਾਸਨ ਜ਼ਬਰ ਕਰਨ ਦੇ ਉਤਰਿਆ ਹੋਇਆ, ਪਰ ਕਿਸਾਨ ਨੇ ਜੋ ਕਿਰਤੀ ਨੇ ਜੋ ਮਜ਼ਦੂਰ ਨੇ ਉਹ ਹਰਗਿਜ਼ ਬਰਦਾਸ਼ਤ ਨਹੀਂ ਕਰਨਗੇ। ਉਹ ਆਪਣਾ ਇਸ ਏਕੇ ਦੇ ਜ਼ੋਰ ਦੇ ਨਾਲ ਇਸ ਗੱਲ ਦਾ ਮੂੰਹ ਤੋੜਵਾਂ ਜਵਾਬ ਦੇ ਕੇ ਉਸ ਜ਼ਮੀਨ ਦੇ ਵਿੱਚ ਪੈਰ ਪਾਉਣਗੇ ਜਾ ਕੇ ਦੁਬਾਰੇ। ਮੇਨ ਟਾਰਗੇਟ ਇਹੀ ਆ, ਪਹੁੰਚਾਂਗੇ ਭਾਵੇਂ ਸਾਡੇ ਸਿਰ ਪੱਟਣ, ਭਾਵੇਂ ਸਾਡੇ ਗੋਲੀਆਂ ਵੱਜਣ, ਭਾਵੇਂ ਸਾਡੇ ਤੇ ਕੁਛ ਵੀ ਹੋਵੇ, ਅਸੀਂ ਜਿਹੜਾ ਇਹਨਾਂ ਦਾ ਜ਼ਬਰ ਹੈਗਾ ਉਹ ਜਰਾਂਗੇ, ਸ਼ਾਂਤਮਈ ਅਸੀਂ ਉਹ ਜ਼ਮੀਨ ਤੇ ਪੈਰ ਪਾਵਾਂਗੇ। ਮੂਰੇ ਤੱਕ ਮਾਰਨਗੇ ਬਸ 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 ਮਾਰਨ ਜਾਣ ਦੇ ਮਾਰ।
ਲੱਗ ਜਾਏ ਯਾਰ ਇੱਕ ਮਿੰਟ ਆਪਣਾ ਜੀ ਖੱਬੇ ਹੱਥ ਜਾਣਾ ਸਿੱਧਾ ਹੋ ਜਾਓ ਯਾਰ।